ਤੰਗ ਹੋ ਰਹੇ ਆਪਣਾ ਕੰਮ ਮੇਰਾ ਨਾਮ ਪ੍ਰਤਾਪ ਸਿੰਘ ਹੈ ਜੀ ਸਰ ਵੇਖੋ ਕਦੋਂ ਦੇ ਪਰੇਸ਼ਾਨ ਹੋਣ ਡਏ ਆ ਜਿਹੜਾ ਕੋਈ ਕਦੋਂ ਦਾ ਆਇਆ ਕੋਈ ਕਦੋਂ ਆਇਆ ਕੋਈ ਨਹੀਂ ਆ ਰਿਹਾ ਇੱਥੇ ਕਿਸੇ ਦੀ ਕੋਈ ਸੁਣਾਈ ਨਹੀਂ ਗੀ ਬਦਲ ਅਸੀਂ ਜੀ ਕਚਹਿਰੀ ਰੋਡ ਕਚਹਿਰੀ ਪਟਵਾਰਖਾਨੇ ਖੜੇ ਹਾਂ ਜੀ ਮੁਸ਼ਕਲ ਜੀ ਜਿਹੜੇ ਆ ਸਾਡੇ ਭੈਣ ਭਰਾ ਆਇਆ ਮਤਲਬ ਸਾਰੇ ਮਤਲਬ ਕੋਈ ਮੋਹਰ ਲਵਾਉਣ ਵਾਸਤੇ ਆਇਆ ਕੋਈ ਕਿਸੇ ਕੰਮ ਆਇਆ ਅਤੇ ਇੱਥੇ ਜੀ ਮਤਲਬ ਕੋਈ ਵੀ ਆਪਣੀ ਟਾਈਮ ਨਾਲ ਕੋਈ ਡਿਊਟੀ ਇੱਥੇ ਬਿੱਲ ਕੱਟਿਆ ਸਭ ਕੁਝ ਕੱਟ ਗਿਆ ਪਰ ਮਤਲਬ ਉਹ ਤਾਂ ਇੰਨਾ ਬਿੱਲ ਭਰਨਾ ਜਿੰਨਾ ਦੇ ਮਤਲਬ ਕੰਮ ਕਰ ਰਿਹਾ ਇਹਨਾਂ ਦੀ ਡਿਊਟੀ ਆਈ ਥੋੜ੍ਹਾ ਆਣ ਕੇ ਬਿੱਲ ਭਰਨਾ ਇਹਨਾਂ ਨੂੰ ਸਾਡਾ ਕੀ ਕਸੂਰ ਆ ਬਹੁਤ ਪ੍ਰਧਾਨ ਆ ਜੀ ਗੋਗੋਮਾਲ ਜੂਨ 'ਚੋਂ ਵੇਖੋ ਜੀ ਜੇ ਇਹਨਾਂ ਨੇ ਜੇ ਲਾਈਟ ਵਾਸਤੇ ਕੀਤਾ ਵਾ ਤਾਂ ਉਹਦਾ ਪ੍ਰਬੰਧ ਜਨਰੇਟਰ ਵੀ ਆ ਸਭ ਕੁਝ ਹੋ ਸਕਦਾ ਵਾ ਅਤੇ ਆ ਜਿਹੜੀ ਜਨਤਾ ਕੋਈ ਕਿਤਿਓਂ ਆਇਆ ਕਈਆਂ ਮਿੱਲਾਂ ਤੋਂ ਆਇਆ ਕੋਈ 20 ਮਿੱਲਾਂ ਤੋਂ ਆਇਆ ਕੋਈ 25 ਮਿੱਲਾਂ ਤੋਂ ਆਇਆ ਇੱਥੇ ਕੰਮ ਵਾਸਤੇ ਹੈ ਅਤੇ ਉਹਨਾਂ ਨੂੰ ਜੇ ਐਮਰਜੈਂਸੀ ਕੰਮ 'ਤੇ ਖੁੱਲ੍ਹੇ ਹੋਣੇ ਚਾਹੀਦੇ ਆ ਜੇ ਅਸੀਂ ਸਟ੍ਰਾਈਕ ਕਰਨਾ ਆਇਆ ਪਹਿਲਾਂ ਪਰੇਸ਼ਾਨੀ ਹੋ ਰਹੀ ਹੈ ਨਾ ਸਰਕਾਰ ਤੋਂ ਕੀ ਮੰਗ ਕਰੋਗੇ ਕਿਉਂਕਿ ਬਿੱਲ ਨਹੀਂ ਭਰਿਆ ਗਿਆ ਬਿੱਲ ਆਹ ਤਾਂ ਸਰਕਾਰ ਦਾ ਵੀ ਅਣਗਹਿਲੀ ਆ ਜਿਹਨੇ ਉਹਨੇ ਬਿੱਲ ਭਰਨਾ ਇਹ ਤਾਂ ਭਰਦੀ ਕਿਉਂ ਨਹੀਂ ਇਸ ਕਰਕੇ ਇਹ ਭਰਨਾ ਫਿਰ ਵੀ ਭਰਨਾ ਇੰਨੇ ਦਿਨ ਦੁਨੀਆ ਨੂੰ ਖੱਜਲ ਖਰਾਬ ਕਰਕੇ ਕੋਈ ਵਾਲੀਵਾਰ ਸਾਹਿਬ ਦਾ ਰੋਜ਼ ਇਸ਼ਤਿਹਾਰ ਲਾਉਂਦੇ ਅਖਬਾਰਾਂ 'ਚ ਵਿਕਾਸ ਦੇ ਦਾਅਵੇ ਕਰਦੇ ਹੋ ਕਿੱਥੇ ਫਿਰ ਜ਼ਮੀਨੀ ਹਕੀਕਤ ਕੀ ਹੈ ਜ਼ਮੀਨੀ ਹਕੀਕਤ ਮੈਂ ਤੁਹਾਡੇ ਸਾਹਮਣੇ ਜੋ ਕੁਝ ਹੈਗੀ ਆ ਦੁਨੀਆ ਭਟਕੀ ਫਿਰਦੀ ਕਿਸੇ ਨੂੰ ਕੋਈ ਸਹੂਲਤ ਨਹੀਂ ਕਿਸੇ ਦੀ ਕੋਈ ਸੁਣਾਈ ਨਹੀਂ ਹਰ ਇੱਕ ਜਿਹੜਾ ਜੋ ਕੋਈ ਆ ਮਹਿਕਮਾ ਜਿੰਨਾ ਵੀ ਆ ਉਹ ਆਪੋ ਆਪਣੀਆਂ ਖਿੱਚੀ ਫਿਰਦੇ ਕਿਸੇ ਦਾ ਕੰਟਰੋਲ ਹੈ ਗੌਰਮੈਂਟ ਦਾ ਮੰਗ ਕੀ ਕਰੋਗੇ ਮੁੱਖ ਮੰਤਰੀ ਸਾਹਿਬ ਤੋਂ ਮੁੱਖ ਮੰਤਰੀ ਸਾਹਿਬ ਕੋ ਇਹ ਮੰਨ ਕਰਾਂਗੇ ਵੀ ਉਹ ਜਿਹੜੀਆਂ ਆਉਂਦੀਆਂ ਡਿਊਟੀ ਬਣਦੀ ਆ ਕਰੇ ਅਤੇ ਜਿਹਨੂੰ ਸਹੂਲਤਾਂ ਜੋ ਦੇਣੀਆਂ ਨੇ ਉਹ ਕਰੇ ਅਤੇ ਸਾਰੇ ਕੰਮ ਕਰਨ ਮੁਲਾਜ਼ਮ ਡਿਊਟੀ 'ਤੇ ਆਉਣ ਮੇਰਾ ਨਾਮ ਜੀ ਸੁਰਜੀਤ ਸਿੰਘ ਮੈਂ ਪਟਵਾਰ ਯੂਨੀਅਨ ਅੰਮ੍ਰਿਤਸਰ ਤੋਂ ਟੂ ਤਹਿਸੀਲ ਦਾ ਜਨਰਲ ਸਕੱਤਰ ਹਾਂ ਭਾਅ ਜੀ ਕੀ ਕਰ ਰਿਹਾ ਬਿਜਲੀ ਕਿਉਂ ਬੰਦ ਹੈ ਪਟਵਾਰਖਾਨੇ ਦੀ ਬਿਜਲੀ ਜਿਹੜੀ ਆ ਉਹ ਬਿਜਲੀ ਮਹਿਕਮੇ ਵਾਲੇ ਜਿਹੜੇ ਉਹ ਕੱਟ ਗਏ ਕਿਉਂਕਿ ਬਿੱਲ ਕਾਫੀ ਸੀ ਇਹ ਪੈਂਡਿੰਗ ਪੁਰਾਣਾ ਅਤੇ ਉਹਦੇ ਕਰਕੇ ਲਗਭਗ ਪੌਣੇ ਕੁ 8 ਲੱਖ ਲਗਭਗ ਜ਼ਿੰਮੇਵਾਰੀ ਵੇਖੋ ਅਸੀਂ ਤਾਂ ਨਹੀਂ ਭਰਨਾ ਹੁੰਦਾ ਉਹ ਤਾਂ ਹੁਣ ਮਤਲਬ ਜਿਹੜਾ ਮਹਿਕਮਾ ਉਹਨੇ ਬਿੱਲ ਜਿਹਨੂੰ ਭੇਜਿਆ ਹੋਏਗਾ ਉਦੋਂ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਤਲਬ ਭਰਨਾ ਚਾਹੀਦਾ ਦੱਸਿਆ ਹਾਂਜੀ ਕੱਲ੍ਹ ਗਏ ਸੀ ਜੀ ਮਿਲ ਕੇ ਆਏ ਜਲ ਮਤਲਬ ਆਪਣੇ ਤਹਿਸੀਲਦਾਰ ਸਾਹਿਬ ਨੂੰ ਉਹਨਾਂ ਕਿਹਾ ਕਿ ਅਸੀਂ ਜਲਦੀ ਤੋਂ ਜਲਦੀ ਜਿੰਨਾ ਵੀ ਹੋ ਸਕਦਾ ਬਹਾਲ ਕਰਾਂਗੇ ਅਤੇ ਜਲਦੀ ਤੋਂ ਜਲਦੀ ਕੰਮ ਹੁਣ ਪੂਰੀ ਤਰ੍ਹਾਂ ਠੱਪ ਲੈ ਜਾਵੇ ਜੀ ਕਿਉਂਕਿ ਬਿਜਲੀ ਨਹੀਂ ਅਜੇ ਤੱਕ ਤਾਂ ਠੱਪ ਨਹੀਂ ਅਜੇ ਤੱਕ ਤਾਂ ਸਾਰਿਆਂ ਦੇ ਕੰਮ ਹੀ ਸਾਰਿਆਂ ਸਹਿਨ ਕਰ ਰਹੇ ਸੀ ਜੋ ਅੰਦਰ ਗਰਮੀ ਆ ਇਸ ਕਰਕੇ ਬਾਹਰ ਖੜ੍ਹੇ ਹਾਂ ਲੇਕਿਨ ਅਸੀਂ ਅਗਰ ਨਹੀਂ ਬਹਾਲ ਹੁੰਦੀ ਤਾਂ ਫਿਰ ਅਸੀਂ ਅਸੀਂ ਠੱਪ ਕਰਾਂਗੇ ਜ਼ਰੂਰ ਹੜਤਾਲ ਕਰੋਗੇ ਠੱਪ ਕਰਨ ਲਈ ਫਿਰ ਉਹੀ ਹੜਤਾਲ ਹੀ ਕਰਨੀ ਪੈਣੀ ਕਿੰਨੇ ਦਿਨਾਂ ਤੋਂ ਬੰਦ ਇਹ ਸ਼ੁੱਕਰਵਾਰ ਦੇ ਬੰਦ ਲਗਭਗ 5 ਦਿਨ ਹਾਂਜੀ ਇਸ ਤੋਂ ਇਲਾਵਾ ਹੋਰ ਵੀ ਜਿਵੇਂ ਬਾਥਰੂਮ ਆ ਜਾਂ ਹੋਰ ਚੀਜ਼ਾਂ ਨੇ ਬਹੁਤ ਮਤਲਬ ਅਸੀਂ ਕਰਵਾਉਂਦੇ ਆਪ ਆਪਣੇ ਕੋਲ ਕਰਵਾਉਂਦੇ ਠੀਕ ਮੇਨਟੇਨ ਨਹੀਂ ਹੈ ਚੀਜ਼ਾਂ ਕਾਫੀ ਹੋਰ ਹੀ ਪ੍ਰੋਬਲਮ ਆ ਜਿਹੜੀਆਂ ਆਪਾਂ ਬਿੱਲ ਕਿੰਨਾ ਕੁ ਪੁਰਾਣਾ ਹੈਗਾ ਬਿੱਲ ਅਸੀਂ ਤਾਂ ਚਲੋ ਹੁਣ ਬਦਲੀਆਂ ਹੋਈਆਂ ਤੁਹਾਨੂੰ ਪਤਾ ਸਾਰਿਆਂ ਦੀਆਂ ਅਤੇ ਹੁਣ ਇੱਥੇ ਪੁਰਾਣਾ ਬਿੱਲ ਮਤਲਬ ਚੱਲਣ ਡਿਆ ਵਾ ਪਹਿਲਾਂ ਵੀ ਕੱਟੀ ਗਈ ਸੀ ਪਹਿਲਾਂ ਵੀ ਹਾਂ 2020 'ਚ ਵੀ ਕੱਟੀ ਗਈ